ਰਨੂ ਜੀ ਨਵੀਂ ਅਪਡੇਟ ਲੈ ਕੇ ਆਪ ਸਭ ਦੇ ਰੂਬਰੂ ਹੋ ਰਹੇ ਹਾਂ ਸੀਬੀਐਸਸੀ ਬੋਰਡ ਵੱਲੋਂ 10ਵੀਂ ਤੇ 12ਵੀਂ ਕਲਾਸਾਂ ਦੇ ਲਈ ਕੀ ਫੈਸਲਾ ਲਿਆ ਗਿਆ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਇਹ ਖਬਰ ਨੂੰ ਪੜ੍ਹਨ ਤੋਂ ਪਹਿਲਾਂ ਸਾਰਿਆਂ ਨੂੰ ਗੁਜਾਰਿਸ਼ ਕਰਦੇ ਹਾਂ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਸੀਂ ਤੁਰੰਤ ਹੀ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਖਬਰ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਸੀਬੀਐਸਸੀ ਨੇ 10ਵੀਂ ਦੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਟੰਗ ਬਦਲ ਦਿੱਤਾ ਹੈ ਇਸ ਵਾਰ ਨਵੰਬਰ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਬਹੁਵਿਕਲਪੀ ਪ੍ਰਸ਼ਨਾਂ ਦੇ ਜਵਾਬ ਹੀ ਦੇਣੇ ਪੈਣਗੇ ਜਦ ਕਿ ਪਿਛਲੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਵਿਸਥਾਰ ਸਹਿਤ ਪ੍ਰਸ਼ਨ ਪੁੱਛੇ ਜਾਂਦੇ ਸਨ ਬੋਰਡ ਦੀਆਂ ਇਹ ਟਰਮ 1 ਪ੍ਰੀਖਿਆਵਾਂ 15 ਨਵੰਬਰ 15 ਨਵੰਬਰ ਤੋਂ ਹੋਣ ਦੀ ਆਸ ਹੈ ਇਸ ਸਬੰਧੀ ਡੇਟਸ਼ੀਟ ਜਲਦੀ ਹੀ ਜਾਰੀ ਕੀਤੀ ਜਾਵੇਗੀ CBSE ਦੀ ਜਾਣਕਾਰੀ ਦਿੱਤੀ CBSE ਨੇ ਜਾਣਕਾਰੀ ਦਿੱਤੀ ਕਿ ਇਸ ਵਾਰ ਗੁਲਾਬੀ ਰੰਗ ਦੀ ਮਿਲਣ ਵਾਲੀ OMR ਸ਼ੀਟ ਵਿੱਚ ਬਹੁ ਵਿਕਲਪੀ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਖਾਨਾ ਵਾਧਾ ਦਿੱਤਾ ਗਿਆ ਹੈ ਜੇਕਰ ਵਿਦਿਆਰਥੀ ਕਿਸੇ ਸਵਾਲ ਦਾ ਜਵਾਬ A B C D ਚ ਦੇਣਾ ਚਾਹੁੰਦੇ ਹਨ ਤਾਂ ਉਹ ਉਸ ਦੇ ਪਹਿਲਾਂ ਜਵਾਬ A ਲਿਖ ਦਿੱਤਾ ਹੈ ਪਰ ਬਾਅਦ ਵਿੱਚ ਉਹਨਾਂ ਨੇ ਜਵਾਬ D ਦੇਣਾ ਹੈ ਤਾਂ ਉਹ A ਦੇ ਜਵਾਬ ਨੂੰ ਕੱਟਣਾ ਪਵੇਗਾ ਤੇ D ਵਾਲਾ ਖਾਨਾ ਪੈਨ ਨਾਲ ਭਰਨਾ ਪਵੇਗਾ ਇਸ ਤੋਂ ਬਾਅਦ ਵੱਖਰੇ ਦਿੱਤੇ ਖਾਨੇ ਵਿੱਚ ਜਵਾਬ D ਭਰਨਾ ਪਵੇਗਾ ਜੇਕਰ ਵਿਦਿਆਰਥੀ ਜੇਹਾਂ ਨਹੀਂ ਕਰਦਾ ਤਾਂ ਉਹਨਾਂ ਨੂੰ ਦਾ ਸਵਾਲ ਦਾ ਅੰਕ ਨਹੀਂ ਮਿਲੇਗਾ ਸੋ ਇਹ ਜਿਹੜੀਆਂ ਪ੍ਰੀਖਿਆਵਾਂ ਦੇ ਵਿੱਚ ਕੁਝ ਬਦਲਾਅ ਆਇਆ ਮਲਟੀਪਲ ਜਿਹੜੇ ਕੁਐਸਚਨ ਜਿਹੜੇ ਆਉਣਗੇ ਸੋ OMR ਸ਼ੀਟ ਦੇ ਅਕੋਰਡਿੰਗ ਉੱਪਰ ਇਹ ਜਾਣਗੇ ਸੋ CPSCE ਨੇ ਹੁਣ ਜਿਹੜੇ ਕੁਐਸਚਨਾਂ ਦੇ ਤੇ ਪੇਪਰ ਲੈਣ ਦੇ ਢੰਗ ਨੂੰ ਥੋੜਾ ਬਦਲ ਦਿੱਤਾ ਸੋ ਇਸੇ ਤਰੀਕੇ ਨਾਲ ਕੋਈ ਵੀ ਅਪਡੇਟ ਖਬਰ ਆਸੀ ਤੁਹਾਡੇ ਤੱਕ ਡਿਸਕਸ ਕਰਦੇ ਰਵਾਂਗੇ ਸਾਡੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ